बड़ी देर हो गई, 32 साल बहुत लंबा अरसा होंदा। किस केस विच होया सी इन्नी लंबी सज़ा, की होया जिहड़ा इन्नी लंबी सज़ा दी हो गई ते जिहड़ा बाहर नहीं पा? ये सरकार ने दिल्ली का साढ़े एक ब्लास्ट पाया ही, एक करनाटका स्टेट का। करनाटक गवर्नमेंट की कोई सज़ा हले बाकी रह गई है या उन्हें पूरी हो चुकी है? जे पूरी हो चुकी है तो फिर वो क्यों नहीं रिलीज़ कर रहे, तो जे नहीं पूरी हुई तो कितनी रह गई? तो 1997 तो अंदर आ, तो मेरा 32 साल हो गए मैं लगातार। सुप्रीम कोर्ट भी कहती है भी नॉर्मल जो केस कतल केस था उस 14 साल कटाने हैं बंदे, तो जेडे साढ़े अर्ग टाट आइट लाते 20 साल, तो 20 साल पूरे कर चुके हूँ, 12 साल ज़्यादा हो गए मेरे। की कारण समझते हो कि राजनीति है या कोई डर है या फिर कोई मतलब यह रिपोर्ट है या राजनीति है, किस तरह समझ? सिखां दा मुद्दा बना के जिहड़ा होर कोई मुद्दा ही नहीं रह गया सरकारां कोल, बंदी सिखां दा मुद्दा बना के जिहड़ा इदां उहनूं अगे ते वोटां दी चाल है सर। कौमी इंसाफ मोर्चा जिहड़ा है उह काफ़ी वड्डे पद्धर ते चल रहा, बड़े वधिया तरीके दे नाल शुरू होया सी महाराज दी जिहड़ी बाणी दे नाल, उहदा जाप करदे आ शांतमई माहौल दे नाल। मैं पहली गल ते इह कहूंगा, जिदा तुसीं कहिंदे नहीं महाराज दा वोटर सा, मैनू नहीं पता शायद उत्तर तुम्हें पता होना, उत्तर महाराज का प्रकाश ही है। हाँ जी, मैं इस गल के बिल्कुल हक च नहीं। उत्थे पता थोड़ा हुंदा भी अगलिया ने पानी दियां बरसातां करनियां की होना की नहीं, तो उत्थे गुरु ग्रंथ साहब महाराज नूं सानूं नहीं पता। बेअदबी का चांस दे रहे हैं उत्थे जिदा होइयां कहानियां, तो जे वो चलती चलती इधर आ जाती तो गुरु ग्रंथ साहब महाराज के कोई पत्थर इट्टा लगता तो फिर अं कहना भी बेअदबी। हक की आवाज़ बंदी सिखा वास्ते धरना आवाज़ उठा, वो चंगी गल, उसे हर एक हक हो गया जिहड़ा भी इस न्याय के विरुद्ध या न्याय हो रहा है बंदी सिखा आवाज़ उठाना चाहता, किसी भी धर्म का हो, किसी भी कौम का हो, बंदा किसी भी पार्टी का होनू आवाज़ उठा दो, तुम तो किसी का विरोध ना कर। नहीं, इस वेले तुहाडे मुताबिक जो झड़प हुई वो ठीक हुई कि नहीं? ਲੈ ਵੇਖੋ, ਗਲਤੀ ਹੁਣ ਅਸੀਂ ਤਾਂ ਉੱਥੇ ਵਿੱਚ ਨਹੀਂ, ਅਸੀਂ ਤਾਂ ਅੰਦਰ ਹਾਂ। ਗਲਤੀ ਜਿਹੜੀ ਵੀ ਕਿਸੇ ਦੀ ਹੋਈ ਆ, ਮੈਂ ਸਾਫ਼ ਕਹਿੰਦਾ ਮੈਨੂੰ ਤਾਂ ਨਹੀਂ ਲੱਗਾ ਵੀ ਘੋੜੇ ਖੜਨ ਦੀ ਕੀ ਲੋੜ, ਮੋਰਚਾ ਲਾਇਆ ਆਪਾਂ ਮੰਗਣਾ, ਉੱਚੀਆਂ ਬਾਹਾਂ ਕਰਕੇ ਨਾਰੇ ਮਾਰੋ, ਹਾਂ ਮੁਰਦਾਬਾਦ ਕਹਿਣਾ, ਜਿੰਦਾਬਾਦ ਜੋ ਵੀ ਕਹਿਣਾ ਕਹੀ ਜਾਓ, ਠੀਕ ਹੈ ਨਾ। ਇਹੋ ਜਿਹਾ ਨਾਰਾ ਜਾਂ ਕੋਈ ਉਹਨਾਂ ਦਾ ਜਿਹੜਾ ਸਰਕਾਰ ਨੂੰ ਬਹਾਨਾ ਮਿਲੇ ਉਹਨਾਂ ਕਹਿੰਦਾ ਵੀ ਇਹਦੇ ਆਹ ਗੱਲਾਂ ਕਰਨ, ਨਾ ਬੰਦੀ ਸਿੱਖਾਂ ਦਾ ਲੈ ਆਉਂਦੇ, ਬੰਦੀ ਸਿੱਖਾਂ ਨੂੰ ਤਾਂ ਤੁਸੀਂ ਹੋਰ ਜਿਹੜਾ ਪੁੱਛੀ ਜਾਂਦੇ। ਅਤੇ ਜੇ ਉੱਥੇ ਜਾ ਕੇ ਸਟੇਜ 'ਤੇ ਚੜ੍ਹ ਕੇ ਕਹਿਣਗੇ ਧਰਨਿਆਂ ਨਾਲ ਗੱਲ ਨਹੀਂ ਬਣਨੀ, ਬੰਦੀ ਸਿੱਖਾਂ ਦੀ ਰਿਹਾਈ ਨਹੀਂ, ਹੈਂ ਜੁੱਤੀ ਦੇ ਜ਼ੋਰ ਨਾਲ ਰਿਹਾਈਆਂ ਕਰਵਾਉਂਗੇ ਅਤੇ ਕੌਣ ਕਰੂਗਾ? ਨਿੱਜੀ ਤੌਰ 'ਤੇ ਮੈਂ ਬਾਕੀ ਬੰਦੀ ਸਿੱਖਾਂ ਦਾ ਨਹੀਂ ਕਰਦਾ, ਮੈਂ ਨਿੱਜੀ ਤੌਰ 'ਤੇ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਾ। ਜੋ ਵੀ ਉੱਥੇ ਆਇਆ, ਜੇ ਧਾਰਮਿਕ ਸਥਾਨ 'ਤੇ ਹਮਲਾ ਹੋਇਆ ਤਾਂ ਵੀ ਉਹ ਵੀ ਗਲਤ ਸੀ, ਔਰ ਜੇ ਕੋਈ ਖਾਲਸਾ ਦੇ ਨਾਅਰੇ ਲਾਉਂਦਾ ਉੱਥੇ ਉਹ ਵੀ ਗਲਤ ਆ। ਸਰੂਪਾਂ ਦਾ ਮਸਲਾ ਤਾਂ ਤੁਸੀਂ ਵਿੱਚ ਪਾਉਂਦੇ, ਤਾਂ ਤੁਹਾਡਾ ਤਾਂ ਟਾਰਗੇਟ ਹੀ ਸ਼੍ਰੋਮਣੀ ਕਮੇਟੀ ਅਤੇ ਅਕਾਲੀ ਦਲ ਆ, ਉਹਨਾਂ ਅਜੇ ਜਹੇਦਾਰ ਮੇਨ ਜਹੇਦਾਰ ਚੁਣਿਆ ਨਹੀਂ ਕੋਈ, ਉਹਨਾਂ ਐਕਟਿੰਗ ਜਹੇਦਾਰ ਰੱਖਿਆ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ, ਅਤੇ ਤੁਸੀਂ ਉੱਥੇ ਭਾਈ ਹਵਾਰੇ ਦੇ ਜਹੇਦਾਰੀ ਦੀ ਮੋਹਰ ਲਵਾਉਣ ਵਾਸਤੇ ਮੋਰਚਾ ਲਾਇਆ ਕਿ ਤੁਸੀਂ ਬੰਦੀ ਸਿੱਖਾਂ ਦੀ ਰਿਹਾਈ ਵਾਸਤੇ? ਉਹਨਾਂ ਕਿਹਾ ਇਹਨੂੰ ਭਾਈ ਹਵਾਰੇ ਦਾ ਖਾਲੀ ਜਗਤਾਰ ਸਿੰਘ ਹਵਾਰੇ ਦਾ ਮੋਰਚਾ ਨਾ ਬਣਾਓ, ਤੁਸੀਂ ਬਣਾਈ ਜਾ ਰਹੇ ਹੋ, ਸ਼ਾਇਦ ਪੁੱਛਾ ਤੁਸੀਂ ਸੁਣੀ ਹੋਵੇ, ਉਹ ਸਾਰੇ ਬੰਦੀ ਸਿੱਖਾਂ ਦਾ ਮੋਰਚਾ ਬਣਾਓ, ਇਹਨੂੰ ਉਹ ਖਾਲੀ ਉਹਨਾਂ ਦੇ ਟਾਰਗੇਟ ਨਾ ਕਰੋ, ਇੱਥੇ ਜਿਹੜਾ ਵੀ ਆਉਂਦਾ ਜੀ ਆਇਆਂ ਆਖੋ, ਉਹਦਾ ਸਤਿਕਾਰ ਕਰੋ। ਸਰਦਾਰ ਸਿਮਰਜੀਤ ਸਿੰਘ ਮਾਨ ਸਾਹਿਬ ਸੰਤਾਂ ਦੇ ਬਹੁਤ ਨਜ਼ਦੀਕ ਹੀ, ਸੰਤ ਜਰਨੈਲ ਸਿੰਘ ਖਾਲਸਾ ਝੰਡਾਵਾਲਾ ਦੇ IPS ਅਫਸਰ ਸੀ, ਸਾਰੇ ਕਾਨੂੰਨ ਜਾਣਦਾ ਸੀ, ਇਹਨੇ ਕਿੰਨੀਆਂ ਕਮੇਟੀਆਂ ਬਣਾਈਆਂ ਜਿਹੜੀਆਂ ਪਿੰਡ ਪਿੰਡ ਜਾ ਕੇ ਵੇਖਣ ਵੀ ਕਿੰਨਾ ਦਾ ਸ਼ਹੀਦ ਹੋ ਗਿਆ ਅਤੇ ਕਿਹੜੇ ਜੇਲ੍ਹ 'ਚ ਆ, ਉਹਦੀ ਕੀ ਕੇਸ ਕਿੱਥੇ ਚੱਲ ਰਿਹਾ, ਵਕੀਲ ਹੋਇਆ ਕਿ ਨਹੀਂ, ਆ ਕੀ ਪੈਰਵਾਈ ਚੱਲ ਰਹੀ। ਇਹਦੇ ਨਾਲ ਦੇ ਤਾਂ 1-1 ਲੱਖ ਰੁਪਇਆ ਲੋਕਾਂ ਤੋਂ ਲੈ ਕੇ ਚਿੱਠੀ ਲਿਖਦੇ ਲਿਖ ਕੇ ਦਿੰਦੇ ਰਹੇ ਵੀ ਜਾਓ ਜਾ ਕੇ ਉੱਥੇ ਕੈਨੇਡਾ ਜਾ ਕੇ ਤੁਹਾਨੂੰ ਮਿਲ ਜੂ ਪੈਸ, ਅਤੇ ਜਦੋਂ ਜਿਹੜਾ ਇਹ ਲੈਣ ਦਾ ਆਪਣੇ ਆਪ ਜਦੋਂ ਉਹ ਅੰਦਰ ਸੀ, ਮੇਰਾ ਬਾਪ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਸਾਡੇ ਪਿੰਡ ਦੇ ਵਿੱਚ ਪੱਟਾ ਲਗਾਉਣ ਵਾਲਾ,
ਉਹਨੂੰ ਉਦੋਂ ਮੈਂ ਚੇਚਾ ਕਿਹਾ ਆਪਣੇ ਪਿਤਾ ਜੀ ਨੂੰ, ਉਹ ਕਹਿੰਦਾ ਪੁੱਤ ਤੂੰ ਨਾ ਵੀ ਕਹਿੰਦਾ ਤਾਂ ਵੀ ਮੈਂ ਵੋਟ ਪਾਉਣੀ ਅਤੇ ਮਜੀ ਸਮਾਨ ਨੂੰ ਜਦੋਂ ਇਹ ਭਾਗਲਪੁਰ ਗਿਆ ਤਰਨ ਤਾਰਨ ਤੋਂ ਉਦੋਂ ਐਮ ਪੀ ਬਣਿਆ ਜਿੱਤ ਕੇ ਵਿਖਾਈ, ਠੀਕ ਹੈ। ਉਦੋਂ ਕਿਰਪਾਨ ਲੈ ਕੇ ਅੰਦਰ ਨਹੀਂ ਜਾਣਾ, ਹੁਣ ਵੀ ਇੱਕ ਬੰਦੇ ਤੁਸੀਂ ਕਹਿੰਦੇ ਹੋ ਵੀ ਆ ਖਾਲਸਾ ਜਿੰਦਾਬਾਦ, ਹੈਂ, ਦੂਜੇ ਬੰਦੇ ਉੱਥੇ ਸਿਧਾਂਤ ਜਾ ਕੇ ਸੌਵੇਂ ਚੁੱਕਦੇ ਹੋ, ਅਤੇ ਇਹਦਾ ਮਤਲਬ ਵੀ ਲੋਕਾਂ ਨੂੰ ਮੂਰਖ ਸਮਝੋ, ਲੋਕ ਰੋਟੀ ਨੂੰ ਚੁੱਕੀ ਕਹਿੰਦੇ ਕਿਉਂ ਨਹੀਂ ਤੁਹਾਨੂੰ ਮੈਂ ਦੱਸਿਆ ਸਾਡੇ ਪਿੰਡੋਂ ਹੋ ਕੇ ਚਲੇ ਘਰ ਨਹੀਂ ਆਏ, ਹੈ ਇਹਦਾ ਮਤਲਬ ਜਿਹੜਾ ਤੁਹਾਡੇ ਹਾਕਾ ਚੁਪਚਾਗਿਰੀ ਕਰੇ ਕੋਈ ਤਾਂ ਉਹ ਤੁਹਾਡਾ, ਅਤੇ ਜਿਹੜਾ ਸੱਚੀ ਗੱਲ ਕਹਿ ਦੇ ਤੋ ਨਹੀਂ, ਅਤੇ ਉੱਧਰ ਉਹਨਾਂ ਤੋਂ ਗਏ ਜਾਂਦੇ ਅਕਾਲੀ ਦਲ ਨੂੰ ਸ਼੍ਰੋਮਣੀ ਕਮੇਟੀ ਨੂੰ, ਤੁਹਾਨੂੰ ਮੈਂ ਦੱਸਿਆ ਉਹਨਾਂ ਨੂੰ ਕਿਹਾ ਹੀ ਨਹੀਂ ਕੁਝ ਜੀ। ਪੰਜਾਬ ਵਿੱਚ ਇਸ ਵੇਲੇ ਬੰਦੀ ਸਿੰਘਾਂ ਦਾ ਰਿਹਾਈ ਦਾ ਮੁੱਦਾ ਜਿਹੜਾ ਹੈ ਬਹੁਤ ਜਿਹੜਾ ਜ਼ੋਰਾਂ ਸ਼ੋਰਾਂ 'ਤੇ ਚੱਲ ਰਿਹਾ ਹੈ। ਕੌਮੀ ਇਨਸਾਫ ਮੋਰਚਾ ਚੱਲ ਰਿਹਾ ਹੈ, ਪਿਛਲੇ ਦਿਨੀ ਜਿਹੜਾ ਹੈ ਪੁਲਿਸ ਅਤੇ ਉਹਦੇ ਪ੍ਰਬੰਧਕਾਂ ਦੇ ਜਿਹੜਾ ਵਿਚਕਾਰ ਇੱਕ ਝੜਪ ਵੀ ਹੋਈ ਹੈ, ਜਿਸ 'ਤੇ ਲੈ ਕੇ 307 ਦੇ ਪਰਚੇ ਵੀ ਕੀਤੇ ਗਏ ਹਨ, ਜਿਸ ਨੂੰ ਲੈ ਕੇ ਰੋਸ ਵੀ ਜਿਹੜਾ ਹੈ ਜਿਤਾਇਆ ਜਾ ਰਿਹਾ ਹੈ। ਬੰਦੀ ਸਿੰਘਾਂ ਵਿੱਚੋਂ ਸਭ ਤੋਂ ਲੰਬੀ ਸ਼ਾਇਦ ਜਿਹੜੀ ਹੈ ਸਜ਼ਾ ਕੱਟ ਚੁੱਕੇ 32 ਸਾਲਾਂ ਤੋਂ ਜਿਹੜਾ ਜੇਲ੍ਹ 'ਚ ਜਿਹੜਾ ਰਹਿ ਰਹੇ ਭਾਈ ਗੁਰਦੀਪ ਸਿੰਘ ਖੇੜਾ, ਜੋ ਕਿ ਪਿੰਡ ਉਹਨਾਂ ਦਾ ਅੰਮ੍ਰਿਤਸਰ ਦੇ ਡਿਸਟ੍ਰਿਕਟ ਦੇ ਵਿੱਚ ਰਈਏ ਦੇ ਲਾਗੇ ਜੱਲੂਪੁਰ ਖੇੜਾ ਉੱਥੇ ਹੈ, ਉੱਥੇ ਅੱਜ ਉਹ ਪੈਰੋਲ 'ਤੇ ਆਏ ਨੇ। ਉਹਨਾਂ ਨਾਲ ਗੱਲਬਾਤ ਕਰਕੇ ਜਾਣਦੇ ਹਾਂ ਕਿ ਉਹਨਾਂ ਦੇ ਮਨ 'ਚ ਇਹ ਸਾਰੇ ਮਾਹੌਲ ਨੂੰ ਲੈ ਕੇ ਕੀ ਵਿਚਾਰ ਚੱਲ ਰਹੇ ਨੇ ਅਤੇ ਕਿਸ ਤਰ੍ਹਾਂ ਦਾ ਉਹ ਸੋਚਦੇ ਨੇ, ਜਾਂ ਅਗਾਂਹ ਉਹਨਾਂ ਦਾ ਕੀ ਜਿਹੜਾ ਹੈ ਸੰਦੇਸ਼ ਹੈ। ਭਾਈ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਵਾਹਿ ਖਾਲਸਾ ਵਾਹਿ ਫਤਿਹ ਜੀ। ਭਾਈ ਸਾਹਿਬ, ਬੜਾ ਲੰਬਾ ਸੰਤਾਪ ਜਿਹੜਾ ਤੁਸੀਂ ਹੰਢਾ ਰਹੇ ਜੇ, ਬੜੀ ਦੇਰ ਹੋ ਗਈ, 32 ਸਾਲ ਬਹੁਤ ਲੰਬਾ ਅਰਸਾ ਹੁੰਦਾ, ਕਿਸ ਕੇਸ ਵਿੱਚ ਹੋਇਆ ਸੀ ਇਹ, ਇੰਨੀ ਲੰਬੀ ਸਜ਼ਾ ਕੀ ਹੋਇਆ ਜਿਹੜਾ ਇੰਨੀ ਲੰਬੀ ਸਜ਼ਾ ਦੀ ਹੋ ਗਈ ਅਤੇ ਜਿਹੜਾ ਬਾਹਰ ਨਹੀਂ ਆਪਾਂ ਆ ਰਹੇ? ਇਹ ਸਰਕਾਰ ਨੇ ਦਿੱਲੀ ਦਾ ਸਾਡੇ 'ਤੇ ਇੱਕ ਬਲਾਸਟ ਪਾਇਆ ਸੀ ਅਤੇ ਇੱਕ ਕਰਨਾਟਕਾ ਸਟੇਟ ਦਾ, ਦੋ ਜਗ੍ਹਾ ਉਮਰ ਕੈਦ ਹੋਈ। ਜਿਹੜੀ ਕਰਨਾਟਕ ਸਟੇਟ ਨੇ ਗੌਰਮੈਂਟ ਨੇ ਸਜ਼ਾ ਦਿੱਤੀ ਸਨ, ਜੱਜ ਨੇ, ਉਹਨਾਂ ਕਿਹਾ ਵੀ ਦਿੱਲੀ ਵਾਲੀ ਸਜ਼ਾ ਦੇ ਨਾਲ ਹੀ ਸਜ਼ਾ ਚੱਲੂਗੀ, ਇਕੱਠੀ ਸਜ਼ਾ ਚੱਲਦੀ। ਦਿੱਲੀ ਗੌਰਮੈਂਟ ਨੇ ਸਾਨੂੰ 2010 ਦੇ ਵਿੱਚ ਰਿਲੀਜ਼ ਕਰ ਦਿੱਤਾ, 20 ਸਾਲ ਪੂਰੇ ਹੋਣ 'ਤੇ, ਮਾਫ਼ ਵੀ ਲਾ ਕੇ 24 ਸਾਲ ਹੀ ਹੈ, ਔਰ ਕਰਨਾਟਕ ਗੌਰਮੈਂਟ ਨੇ ਜਿਹੜਾ ਅਜੇ ਤੱਕ ਰਿਲੀਜ਼ ਨਹੀਂ ਕੀਤਾ। ਅਤੇ ਕਰਨਾਟਕ ਗੌਰਮੈਂਟ ਦੀ ਕੋਈ ਸਜ਼ਾ ਹਾਲੇ ਬਾਕੀ ਰਹਿ ਗਈ ਹੈ ਜਾਂ ਉਹਨਾਂ ਦੀ ਪੂਰੀ ਹੋ ਚੁੱਕੀ ਹੈ? ਜੇ ਪੂਰੀ ਹੋ ਚੁੱਕੀ ਹੈ ਤਾਂ ਫਿਰ ਉਹ ਕਿਉਂ ਨਹੀਂ ਰਿਲੀਜ਼ ਕਰ ਰਹੇ, ਅਤੇ ਜੇ ਨਹੀਂ ਪੂਰੀ ਹੋਈ ਤਾਂ ਕਿੰਨੀ ਰਹਿ ਗਈ ਹੈ? ਨਹੀਂ, ਇਹ ਕੇਸ ਤਾਂ ਮੈਂ ਹੁਣ ਇਸ ਕੇਸ ਦੇ ਵਿੱਚ 6 ਦਸੰਬਰ 1990 ਤੋਂ ਅੰਦਰ ਹਾਂ, ਜਦੋਂ ਤੋਂ ਕੇਸ ਪੈ ਜਾਂਦਾ ਉਦੋਂ ਤੋਂ ਸਟੱਡੀ ਚੱਲਦੀ ਹੈ, ਅਤੇ 6 ਦਸੰਬਰ 1990 ਤੋਂ ਅੰਦਰ ਹਾਂ, ਅਤੇ ਮੇਰਾ 32 ਸਾਲ ਹੋ ਗਏ ਮੈਨੂੰ ਲਗਾਤਾਰ। ਸੁਪਰੀਮ ਕੋਰਟ ਵੀ ਕਹਿੰਦੀ ਆ ਵੀ ਨੋਰਮਲ ਜਿਹੜਾ ਕੇਸ ਕਤਲ ਕੇਸ ਆ ਉਹ 'ਚ 14 ਸਾਲ ਕਟਾਉਣੇ ਆ ਬੰਦੇ ਨੂੰ, ਅਤੇ ਜਿਹੜੇ ਸਾਡੇ ਵਰਗੇ ਟਾਡ ਐਟ ਲੈ ਤੇ 20 ਸਾਲ, ਅਤੇ 20 ਸਾਲ ਪੂਰੇ ਕਰ ਚੁੱਕੇ, ਹੁਣ 12 ਸਾਲ ਜ਼ਿਆਦਾ ਹੋ ਗਏ ਮੇਰੇ, ਤਾਂ ਡਿਓੜਾ ਟਾਈਮ ਹੋ ਗਿਆ। ਹਾਂਜੀ, ਅਤੇ ਫਿਰ ਹੁਣ ਕੀ ਕਾਰਨ ਸਮਝਦੇ ਹੋ ਕਿ ਰਾਜਨੀਤੀ ਹੈ ਜਾਂ ਕੋਈ ਡਰ ਹੈ ਜਾਂ ਫਿਰ ਕੋਈ ਮਤਲਬ ਇਹੋ ਜਿਹੀ ਰਿਪੋਰਟ ਹੈ ਜਾਂ ਰਾਜਨੀਤੀ ਹੈ, ਕਿਸ ਤਰ੍ਹਾਂ ਸਮਝਦੇ? ਡਰ ਨਹੀਂ, ਰਾਜਨੀਤੀ ਬੰਦੀ ਸਿੱਖਾਂ ਦਾ ਮੁੱਦਾ ਬਣਾ ਕੇ, ਜਿਹੜਾ ਹੋਰ ਕੋਈ ਮੁੱਦਾ ਹੀ ਨਹੀਂ ਰਹਿ ਗਿਆ ਸਰਕਾਰਾਂ ਕੋਲ, ਬੰਦੀ ਸਿੱਖਾਂ ਦਾ ਮੁੱਦਾ ਬਣਾ ਕੇ ਜਿਹੜਾ ਇੱਦਾਂ ਉਹਨੂੰ ਅੱਗੇ ਤੇ ਵੋਟਾਂ ਦਾ ਵੋਟਾਂ ਦੀ ਚਾਲ ਆ ਸਾਰੀ। ਕੌਮੀ ਇਨਸਾਫ ਮੋਰਚਾ ਜਿਹੜਾ ਉਹ ਕਾਫੀ ਵੱਡੇ ਪੱਧਰ ਤੇ ਚੱਲ ਰਿਹਾ, ਬੜੇ ਵਧੀਆ ਤਰੀਕੇ ਦੇ ਨਾਲ ਉਹ ਸ਼ੁਰੂ ਹੋਇਆ ਸੀ ਮਹਾਰਾਜ ਦੀ ਜਿਹੜੀ ਬਾਣੀ ਦੇ ਨਾਲ, ਉਹਦਾ ਜਾਪ ਕਰਦੇ ਹਾਂ ਸ਼ਾਂਤਮਈ ਮਾਹੌਲ ਦੇ ਨਾਲ। ਆ ਪਿੱਛੇ ਜੇ ਝੜਪ ਜਿਹੜੀ ਹੋਈ ਹੈ, ਮੇਰੇ ਖਿਆਲ ਕਿਉਂਕਿ ਕਿਸਾਨੀ ਮੋਰਚਾ ਵੀ ਚੱਲਿਆ, ਕਿਸਾਨੀ ਮੋਰਚੇ ਵਿੱਚ ਵੀ ਉਹਨੂੰ ਸੈਬੋਟੈਜ ਕਰਨ ਦੀ ਗੱਲਬਾਤ ਜਿਹੜੀ ਵਿੱਚ ਕਈ ਲੋਕ ਇਹੋ ਜਿਹੇ ਆਏ ਜਿਹਦੇ ਵਿੱਚ ਕਰਨ, ਤੁਹਾਨੂੰ ਕੀ ਲੱਗਦਾ ਵੀ ਉਹੋ ਜਿਹਾ ਇੱਕ ਹੱਲਾ? ਵੇਖੋ, ਮੈਂ ਪਹਿਲੀ ਗੱਲ ਤਾਂ ਇਹ ਕਹੂੰਗਾ, ਜਿੱਦਾਂ ਤੁਸੀਂ ਕਹਿ ਨਹੀਂ ਮਹਾਰਾਜ ਦਾ ਵੋਟਰ ਸਾ, ਅਤੇ ਮੈਨੂੰ ਨਹੀਂ ਪਤਾ, ਸ਼ਾਇਦ ਉੱਥੇ ਤੁਹਾਨੂੰ ਪਤਾ ਹੋਣਾ ਉੱਥੇ ਮਹਾਰਾਜ ਦਾ ਪ੍ਰਕਾਸ਼ ਵੀ ਹੈ। ਹਾਂਜੀ, ਮੈਂ ਇਸ ਗੱਲ ਦੇ ਬਿਲਕੁਲ ਹੱਕ 'ਚ ਨਹੀਂ ਗਾ। ਜਦੋਂ ਆਪਾਂ ਕੋਈ ਵੀ ਧਰਨਾ ਲਾਉਣਾ ਜਾਂ ਉੱਥੇ ਪਤਾ ਨਹੀਂ ਹੁੰਦਾ ਵੀ ਸਰਕਾਰਾਂ ਨੇ ਹਰ ਚੀਜ਼ ਨੂੰ ਦਬਾਉਣ ਦੀ ਕੋਸ਼ਿਸ਼ ਕਰਨੀ ਹੁੰਦੀ, ਕੋਈ ਵੀ ਮੋਰਚਾ ਤੁਸੀਂ ਲਾਉਂਦੇ ਆ ਆਪਣੀਆਂ ਮੰਗਾਂ ਵਾਸਤੇ, ਉਹ ਚਾਹੇ ਅਧਿਆਪਕ ਆ, ਚਾਹੇ ਕੋਈ ਡਾਕਟਰਾਂ ਦੀ ਯੂਨੀਅਨ ਆ, ਚਾਹੇ ਬੈਂਕ ਵਾਲੇ ਆ, ਚਾਹੇ ਉਹ ਤਹਿਸੀਲਦਾਰਾਂ ਦਾ ਤੱਕ ਵੀ ਲੱਗਾ ਹੈ, ਆ ਪਿੱਛੇ ਜੇ IAS ਅਫਸਰ ਜਿਹੜੇ ਹੋਮ ਸੈਕਟਰੀ ਵਗੈਰਾ ਬਣਦੇ, ਉਹਨਾਂ ਨੇ ਵੀ ਧਰਨੇ ਲਾਏ, ਠੀਕ ਨਾ। ਉੱਥੇ ਪਤਾ ਥੋੜ੍ਹਾ ਹੁੰਦਾ ਵੀ ਅਗਲਿਆਂ ਨੇ ਪਾਣੀ ਦੀਆਂ ਬਰਸਾਤਾਂ ਕਰਨੀਆਂ, ਕੀ ਹੋਣਾ ਕੀ ਨਹੀਂ, ਅਤੇ ਉੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਸਾਨੂੰ ਨਹੀਂ ਪ੍ਰਕਾਸ਼। ਇੱਥੇ ਇੱਕ ਪਾਸੇ ਅਸੀਂ ਬੇਅਦਬੀ ਦੇ ਜਿਹੜਾ ਇਨਸਾਫ ਦੀ ਗੱਲ ਕਰ ਰਹੇ ਹਾਂ, ਅਤੇ ਇੱਕ ਪਾਸੇ ਆਪ ਹੀ ਉਹੋ ਜਿਹੇ ਮਾਹੌਲ ਪੈਦਾ ਪੈਦਾ ਕਰ ਬੇਅਦਬੀ ਦਾ ਚਾਂਸ ਦੇਣ ਡੇ ਹਾਂ, ਹੈਂ, ਉੱਥੇ ਜਿੱਦਾਂ ਉਹ ਹੋਈਆਂ ਕਹਾਣੀਆਂ, ਅਤੇ ਜੇ ਉਹ ਚੱਲਦੀ ਚੱਲਦੀ ਰਾਏ ਇੱਧਰ ਨੂੰ ਆ ਜਾਂਦੀ ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਕੋਈ ਪੱਥਰ ਏਟਾ ਲੱਗਦਾ, ਅਤੇ ਫਿਰ ਅਸੀਂ ਕਹਿਣਾ ਵੀ ਬੇਅਦਬੀ ਹੈ। ਹਾਂਜੀ, ਅਤੇ ਇਹ ਨਹੀਂ ਬਿਲਕੁਲ ਚਾਹੀਦਾ।
धरने दो जिदा होर भी जथेबंदियां दिंदियां हक की आवाज़ बंदी सिखा वास्ते धरना आवाज़ उठाओ चंगी गल उत्थे हर एक नूं हक होवे जिहड़ा भी इस न्याय के विरुद्ध या न्याय हो रहा है बत्ती सिखा आवाज़ उठाना चाहुंदा किसी भी धर्म का हो भी कौम का हो बंदा किसी भी पार्टी का होनू आवाज़ उठा दो तुम तो किसी का विरोध ना कर नहीं इस वे तो मुताबिक जो झड़प हुई ठीक हुई कि नहीं हुई नहीं गलत हुई है चाहे वेखो गलती हूँ अं तो उत्थे बेचने अं तो अंदर गलती जी भी किसी की हुई है तो मैं साफ कहना मेहनत नहीं लगा भी उ घोड़े खड़न की लड़ मोर्चा लाया आप है उच्चिया बाहवा करके नारे मारो हाँ खा मुर्दाबाद कहना जिंदाबाद जो भी कहना कही जाओ ठीक है ना यहोजा नारा ज कोई भी ना लो जो सरकार को बहाना मिले उन्हें कहा भी आ गल कर ना बंदी सिखा का लैन दे बंदी सिखा तो दिया तो होर जड़ा पुटी जाते उड़ियाँ बट्टे पै हाँ बट्टे हूँ मैं ही हाँ तुम्हें कोई रिक्वेस्ट करूँगा तो मेरी गल मन हूँ तैयार हो गए हूँ तुम आए हो मेरी गलबात सुनी है तो जान लगे रिक्वेस्ट करनी भाई साहब तोड़ मरोड़ के ना कुछ भी पेश करना जो मैं बोलिया वही पेश करना रिक्वेस्ट करूँगा ना हाँ जी तो जे मैं थोड़ा डांट के कहूँगा भी वेख्यो जे कहीं तोड़ मरोड़ के पेश किया मैं आ कर दूँ जे कर दूँ है जी तुम कहो तू जो बोलिया आ गया अं मीडिया तेरे को आई है की कर लेंगा अरे देखो तो हूँ आ जोड़े मैं खास करके मैं कहना चाहना इंसाफ मोर्चे वाले इन चीज़ों का ध्यान रखना मैं जे बंदी सिखा ये हूँ मेरे मर्द हमदर्दी हो गए आए तो ये इंसाफ मोर्चे चलो जाएंगे उत्थे मौका देख के चार बंदे हो चार ट्रालियां लैके जाएंगे मिलन भी आए आवाज़ उठाएंगे तो जे उत्थे जाके स्टेज पर चढ़ के कहे धरनिया ना गल नहीं बननी बंदी सिखा दी रिहाई नहीं है जुत्ती दे जोर ना रिहाइया करवाओगे तो कौन करूगा जी सरकारां नाल जुत्ती दे जोर नाल किस तरह चलिया जा सकता है सरकारां नाल तुसीं लोकतांत्रिक लोकतंत्र दे विच लोकतांत्रिक ढंग दे नाल कर सकदे हो उन्नू नैशनल या इंटरनेशनल पद्धर ते कर सकदे मैं इन्हां चीज़ां दा निजी तौर पर मैं वाकई बंदी सिखां दा नहीं गल कर मैं निजी तौर पर सख्त शब्दों में निखेधी करदा जो ही उत्थे आया जे धामी साहब ते हमला होया तां वी उह वी गलत सी और जे कोई खालसान के नारे लाता उत्थे वह भी गलत आ जिहड़ी तुसीं मंग रखी आ उह चीज़ तक एको ही मंग तुहाडी बंदी सिख रिहा करो बंदी सिख रिहा पहली गल तो मंग ही एक रखो बंदी सिखा दी पहला दूजे मसले कौमी आ नजिठे आ है सरूपां दा मसला तो तुसीं विच पाउंदे तां ताडा ते टारगेट ही श्रोमणी कमेटी ते अकाली दल आ है बंदी सिखा टारगेट नहीं लगदा राजनीतिक राजनीतिक ताडियां गल्लां बातां नूं वो मैं एक यूट्यूब राती वेखण डिया एक पता नहीं किहड़ा तो वह बोलन डिया भी धामी साहब ने कहा भी तुम ये दसो भी जथेदार हवारे नूं काल तख्त दा जथेदार मानदे हो कि नहीं मानते हैं जे मानते हो तो फिर आ जाओ है ठीक नहीं भी कुछ चीज़ा अंडरग्राउंड होंदियां उन्हां ज्ञानी हरप्रीत सिंह जी नूं एक्टिंग रख्या वा बिल्कुल फुल जथेदार ने किया एक्टिंग रख्या वा है तो तुम मना के की करना उन्हें अजे जथेद मेन जथेदार चुनिया नहीं कोई उन्हें एक्टिंग जथेदार रख्या ज्ञानी हरप्रीत सिंह जी नूं ते तुसीं क उत्थे भाई हवारे दे जथेदारी दी मोहर लवाउण वास्ते मोर्चा लाया कि तुसीं बंदी सिखां दी रिहाई वास्ते दोवें अलग अलग मसले हाँ तुसीं उहनूं जथेदारी दवाउणा चाहुंदे हो अकाल तख्त दी मोहर लवाउणा चाहुंदे हो ते उहदी रिहाई कराउणी चाहुंदे भाई हवारा दी मतलब विच निजी स्वार्थ ज़्यादा लग रहे निजी स्वार्थ मैं होर एक प्रोफेसर बलजिंदर सिंह दी सवेरे मैं हाँ जी हाल ही हो सकता कि किसी निजी कारण करके मैनू लै कर दे जां मैं उन्हां लै करदा नहीं पर सवेरे बहुत सोहना बोले उन्हें कहा इहनूं भाई हवारे का खाली जगतार सिंह हवारे का मोर्चा ना बनाओ तुम बनाई जा रहे हो शायद हो सकता तुम सुनी हो सारे बद्दी सिखा का मोर्चा बनाओ इन वो खाली उन्हां दे टारगेट ना करो इस जिहड़ा भी आउंदा जी आया आखो उन्हां सत्कार करो बोलो हाँ जी खालसा खालसे का तो एक सरूप है खालसे का एक सुभा है कि अपनी तो कल गल करता ही नहीं है शुरू तो है इतिहास है कि वह तो दूजिया की गल करता नाल अपनी तो करता ही नहीं अपना तो वेखता ही नहीं आप सामने भी वेखता जिस तरह तुम हूँ अंदर हो होर भी जातां धर्मां दे लोग जिहड़े ने कई तुहाडे वर्गे होणगे चलो साडी कौम वल्लों एक मुद्दा चुकया गया चाहे वह निजी स्वार्थ करके चुकया गया या किसी होर करके लेकिन वह काफ़ी हाईलाइट हो गया कुछ अजिहे विचारे लोग होणगे जिहड़े कि अजिहे जिहड़े तुहाडे वांगू जिस तरह संताप तुसीं हंडाया उस तरह हंडा रहे हो वेखो जी मैं राजनीति दीआं गल्लां नहीं करदा चाहुंदा नहीं पर एक गल मैं जाहिर कर देना चाहुंदा जी श्रोमणी गुरद्वारा प्रबंधक कमेटी दे प्रधान नूं मैं सियासी तो जानदा 1986 तो हाँ जी अं अद्धी जबान भी अद्धे लफ्ज़ भी माड़ा जिहा
कोई जोर पा के भी नहीं। माड़ा बेनती की भी कुछ सिंह ने तो उन्होंने हुशियारपुर तो उन्होंने केस इदा के फीस का चारा नहीं। उन्हें कहा कोई फीस नहीं चाहिए, फ्री केस लड़े ने गुरसिख आ अमृतधारी। दूजी रही गल कि श्रोमणी अकाली दल वो प्रधान चाहे कोई भी हो, ठीक है, तो बीजेपी सेंटर च दोवें पार्टियां कट्ठिया ही, तो जदों दी अलग हो गई इन्हां नूं की मिलिया? हाँ जी, हुण अहीं खोवें अकाली दल नूं जां श्रोमणी कमेटी नूं दोष दई जाइए भी कुछ कीता नहीं कुछ कीता, अहीं कदी उन्हां नूं आखिया ही नहीं कुछ। मैं कोई एप्लीकेशन दूंगा तो पूरी करनगे ना, जदों कुछ आखिया नहीं तो करनगी। हुण अपनी मौका वेख के जिद्दां भी मौका आया समा आया तो अकाल पुरख ने करना। हुण अहीं इंसाफ मोर्चे नूं कही जाइए भी तुसीं पहलां क्यों नहीं मोर्चा लाया भी है, आ 12 साल लंघाते आ, उदों जदों सानू इधर लाया छुट्टी देने लगे उदों फिर तुसीं मोर्चा क्यों नहीं लाया, हुण क्यों लाउण डे, हुण ढाणियां राजनीति करन डे? ये तो समय की गल है, समा तो अकाल पुरख के हिसाब नाल चलना। तुसीं गल कीती है कि क्या भी फीस वास्ते तो उन्होंने करवा दिता, मैं उस पक्ष ते आना चाहवांगा। बंदी सिंघां दी हर एक कोई गल कर रहा, कोई मोर्चे ला रहा, कोई कुछ कर रहा, चंगी गल है, लेकिन उन्हां दे परिवारां दा की हाल है? केस किदां लड़े गए? केस लड़दियां उन्हां दियां जमीनां खुरद पुरद हो गई, उन्हां दी जतातां चलियां गई, घर विच गहने गट्टे जिहड़े विक गए, हाँ जी, वह तो किसी ने बात पुछी नहीं। चलो रिहाई चंगी गल है, पर परिवारां दी सार लैणा भी तो कौम दा ही फर्ज बनता है। कौम दा बनता है इन्हां तो ये कह के मतलब भजाई जाने हाँ अकाली दल नूं ते श्रोमणी गुरद्वारा कमेटी नूं, तुसीं वारस ही नहीं हैगे साडे, तुसीं बंदी सिखां दे वारस ही है नहीं, इस करके भजाई जाने दूर ही ने। सरदार सिमरजीत सिंह मान साहब संतां दे बहुत नज़दीक ही, संत जरनैल सिंह खालसा पिंडां वाले दे IPS अफसर ही, सारे कानून जानदा ही, इन्हें किन्नियां कमेटियां बनाईआं ते जिहड़ियां पिंड पिंड जाके वेखण भी किन्हां दा शहीद हो गया ते किहड़े जेल च आ, उहदी की केस कित्थे चल रहा, वकील होया कि नहीं, की पैरवाई चल रही, इहदे नाल दे ते 1-1 लाख रुपया लोकां तों लै के चिट्ठी लिखदे लिख के दिंदे रहे भी जाओ जाके उत्थे कनेडा जाके तुहानूं मिल जू रैस, हाँ जी। तो जो जो लैंड अपने आप जो वो अंदर ही मेरा बाप जड़ा श्रोमणी अकाली दल का साढ़े पिंड फट्टा लगा वाला है, ठीक है, उन्होंने उदों मैं चेचा कहा अपने पिता जी को, कहता पुत तू ना भी कहता तो भी मैं वोट पाने सिमरजीत समान जो ये भागलपुर जेल से तरन तारण तो उदों MP बनाया जित के दिखाए, ठीक है, उदों कृपान लैके अंदर नहीं जाना, बाद चले गए। हुण भी एक बंदे तुसीं कहिंदे हो भी आ खालसा जिंदाबाद है, दूजे बंदे उत्थे सुधान जी जाके सौवें चुकदे हो, तो इहदा मतलब लोकां नूं मूर्ख समझो, लोक रोटी नूं चोची कहिंदे कोई, मतलब कि राजनीति बस की जा रही है, लोगों ने भड़काया ही जा रहा, भड़काया जा रहा है। फिर बंदी सिखां वास्ते तुसीं की कीता, की करन डे हो, क्यों नहीं तुहानूं दस्सिया साडे पिंडों हो के चल गए, घर नहीं आए, है यदा मतलब जिहड़ा तुहाडे हाका चुमचागिरी करे कोई तो वह तुहाडा, तो जिहड़ा सच्ची गल कह दे तो वह नहीं, तो उधर उन्होंने तो कही जाने अकाली दल श्रोमणी कमेटी को, तुहानूं मैं दस्सिया उन्होंने कहा ही नहीं कुछ जी। दिल्ली सिख गुरुद्वारा प्रबंधक कमेटी भी करती रही, जहेदार रणजीत सिंह रणकारी कांड जो बंद ही जब अं गए हाँ हाथों राशन मिलता है उतो सू महीने का, एक बंद 2 किलो घ्यो, 2 किलो खंड, 1 किलो तेल, चाह पत्ती, कोलगेट वगैरह कसहरे सिर ते बन केसियाँ, तो साल च 2 बार 5-5 हज़ार रुपया यह दहेदार रणजीत सिंह तो आता रहा दिल्ली सिख गुरुद्वारा प्रबंधक कमेटी को, सबका जहेदा 1990 उदो बंद, ठीक है, इदा ही मतलब काम चलता रहा। कमेटियां दोष क्यों दईए जे श्रोमणी कमेटी ने इकट्ठे हो जाके कुछ कहें तो वो कर दी, अं मैं बाहर हाँ जोधपुर जेल से जोड़े बंद रहे तो अं श्रोमणी कमेटी जहेदार टोहरा साहब कह के बसा भेज दे रहे हैं, मुलाकात बसा जा फिर सारे परिवार जोड़े अंदर ही सिंह उन्होंने वास्ते कोई अनलीगल तो काम है नहीं, लीगल आ किसी डरा भी नहीं रहे, अं डरा के कहें रहे बेनती करते रहे जाके, हाँ जी भी सारा परिवार कट्ठे चल जाने, एक बार किसी को गड्डी का इंतजाम नहीं होंगे, किस का कोई परिवार किसी का धी आ बहर, किसी की भैन बहर आ, किसी की घरवाली बहर आ, किसी की माता बजुर्ग आ जेडे अंदर सिंह तो करते रहे हैं, तो ये एडा IPS कानून जानता ही सारे, इन्हों नहीं चाहिए एक वकीलों का पैनल बना के केस लड़ता, हाँ जी केस लड़ता, तो जो श्रोमणी कमेटी जाके कहता भी मैनू मैच चाहिए थी, जो ना करती फिर अं कहते उन्होंने दोष देंगे, उन्होंने भी किसी ने आख अं आप मैं कहना मैं कभी आख्या नहीं उन्होंने,
ਸਾਡੇ ਘਰਦਿਆਂ ਨੂੰ ਉਹਨਾਂ 20,000 ਰੁਪਏ ਦੀ ਇਮਦਾਦ ਦੀ ਜਿਹੜੀ ਹੈ ਉਹ ਐਲਾਨ ਕੀਤਾ ਗਿਆ ਖੈਰ ਕਮੇਟੀ ਵੱਲੋਂ ਕੀਤਾ ਗਿਆ ਹੋਰ ਤੇ ਕਿਸੇ ਹਾਲੇ ਜਥੇਬੰਦੀ ਵੱਲੋਂ ਕੀਤਾ ਵੀ ਨਹੀਂ ਗਿਆ ਚਲੋ ਹੁਣ ਤੱਕ ਮੈਂ ਇਹ ਵੀ ਪੁੱਛਣਾ ਚਾਹਾਂਗਾ ਕਿ ਇਹਨੂੰ ਕਿਸ ਤਰ੍ਹਾਂ ਦੇਖਦੇ ਹੋ ਦੂਸਰੀ ਗੱਲ ਕਿ ਜਿਸ ਤਰ੍ਹਾਂ ਤੁਹਾਡੇ ਕੇਸ ਲੜੇ ਗਏ ਇੰਨੇ ਸਾਲ ਹੋ ਗਏ ਬੜੇ ਪੈਰਵਾਈਆਂ ਕਰਨੀਆਂ ਪੈਂਦੀਆਂ ਬੜੇ ਬੜੇ ਕੇਸ ਬੜੇ ਤੁਹਾਨੂੰ ਕਿਸ ਤਰ੍ਹਾਂ ਜਾਇਦਾਦ ਦਾ ਕਿਸ ਤਰ੍ਹਾਂ ਲੜਨਾ ਪਿਆ ਕਿੰਨੇ ਔਖੇ ਹੋਣਾ ਪਿਆ ਪੈਸੇ ਪੱਖੋਂ ਆਰਥਿਕ ਪੱਖੋਂ ਨਹੀਂ ਵੇਖੋ ਮੈਂ ਕੁਝ ਲੋਕ ਆ ਜਿਹੜੇ ਝੂਠ ਬੋਲ ਦਿੰਦੇ ਆ ਮੈਂ ਝੂਠ ਨਹੀਂ ਬੋਲਦਾ ਕਿੱਦਾਂ ਮੈਂ ਤੁਹਾਨੂੰ ਸੁਣੇ ਜਿੱਦਾਂ ਧਾਰ ਦਿੱਤੀ ਵੀ ਬਾਬਾ ਜੀ ਇਹਨਾਂ ਲੜਕਾ ਬੈਠਾ ਉਹ ਵੀ ਹੋਰ ਵੀ ਸੰਤ ਮਹਾਤਮਾ ਕਈ ਹੈਗੇ ਸੀ ਠੀਕ ਹੈ ਨਾ ਜਿਹੜੇ ਮੇਰੀਆਂ ਲੋੜਾਂ ਪੂਰੀਆਂ ਕਰਦੇ ਰਹੇ ਹਾਂ ਪਹਿਲਾਂ ਉੱਥੇ ਜਥੇਦਾਰ ਰਣਜੀਤ ਸਿੰਘ ਜੀ ਨੇ ਤੁਹਾਨੂੰ ਦੱਸਿਆ ਦਿੱਲੀ ਕਮੇਟੀ ਤੋਂ ਕਰਾਉਂਦੇ ਰਹੇ ਬਾਅਦ ਦੇ ਵਿੱਚ ਫਿਰ 2004 ਦੇ ਵਿੱਚ ਸਿੱਖ ਰਿਲੀਫ ਜਥੇਬੰਦੀ ਇੱਕ ਮੁਣੀ ਯੂਕੇ ਵਾਲੇ ਉਹ ਭਾਈ ਬਲਵੀਰ ਸਿੰਘ ਜੀ ਬਹਿਸ ਉਹ ਦਿੱਲੀ ਜੇਲ੍ਹ 'ਚ ਆਏ ਸੀ ਉੱਥੇ ਮੇਰਾ ਮੇਲ ਜੋੜ ਆਇਆ ਉਹਨਾਂ ਨੂੰ ਇਹ ਪ੍ਰੋਬਲਮ ਦੱਸੀ ਉਹ ਜਾ ਕੇ ਫਿਰ ਉਹਨਾਂ ਸਾਡਾ ਖਰਚਾ 5,000 ਰੁਪਈਆ ਮਹੀਨੇ ਦਾ ਪਹਿਲਾਂ 2,000 ਰੁਪਏ ਮਹੀਨੇ ਦਾ 5,000 ਜਿੰਨੇ ਵੀ ਸਿੱਖ ਬੰਦੀ ਹੈਗੇ ਆ ਜਿੰਨੇ ਉਹਨਾਂ ਨੌਲ ਦਿੱਲੀ ਝਾੜ ਜੇਲ੍ਹ ਜਾਂ ਪੰਜਾਬ ਦੇ ਨਾਭੇ 'ਚ ਸਾਰਿਆਂ ਨੂੰ ਭੇਜਦੇ ਰਹੇ ਆ ਖਰਚਾ ਇੱਦਾਂ ਕਰਦੇ ਮੈਨੂੰ ਟੋਟਲ 10,00,000 ਰੁਪਈਆ ਉਹਨਾਂ ਨੇ ਕੋਠੀ ਵਾਸਤੇ ਵੀ ਦਿੱਤਾ ਸੀ ਬਾਕੀ ਇਹ ਸਾਰੀ ਸੰਗਤ ਨੇ ਪਾ ਕੇ ਦਿੱਤੀ ਹਾਂ ਕੋਠੀ ਜਿੰਨੀ ਸਾਰੀ ਸੰਗਤ ਨੇ ਪਾ ਕੇ ਦਿੱਤੀ ਕੁਝ ਹੋਰ ਸੰਗਤਾਂ ਨੇ ਜਦੋਂ ਮੈਂ ਪਹਿਲੀ ਵਾਰ ਛੁੱਟੀ 'ਤੇ ਆਇਆ 2016 'ਚ ਉਦੋਂ ਪੈਣ ਇਹ ਕੋਠੀ ਪਈ ਆ ਉਹ ਵੀ ਤਿਲ ਫੁੱਲੇ ਦਾ ਦਿੰਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮੈਨੂੰ ਭਾਈ ਮਨਜੀਤ ਸਿੰਘ ਜੋ ਸੰਤ ਬਾਬਾ ਕਰਤਾਰ ਸਿੰਘ ਨਾਲ ਲੜ ਕੇ ਭਾਈ ਸੀ ਭਾਈ ਅਮਰੀਕ ਸਿੰਘ ਭਰਾ ਉਹ ਹੀ ਐਗਜੈਕਟਿਵ ਮੈਂਬਰ ਸੀ ਅਤੇ ਇੱਕ ਮੈਂਬਰ ਦਾ ਹੱਕ ਹੁੰਦਾ ਉਹਨਾਂ ਵੀ ਕਹਿ ਕੇ ਉਹ ਮੌਕੇ ਦੇ ਪ੍ਰਧਾਨ ਨੂੰ ਉਹਨਾਂ ਵੀ ਸਾਨੂੰ 1,00,000 ਰੁਪਏ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਭਾਈ ਜਸਵੀਰ ਸਿੰਘ ਰੋਡੇ ਦੇ ਥਰੂ ਉਦੋਂ ਮਨਜੀਤ ਸਿੰਘ ਜੀ ਕੇ ਸੀ ਪ੍ਰਧਾਨ ਉਹਨਾਂ ਦੇ ਥਰੂ ਸਾਨੂੰ ਉਹਨਾਂ ਵੀ 1,00,000 ਰੁਪਏ ਵੀ ਸੰਤ ਬਾਬਾ ਹਰਨਾਮ ਸਿੰਘ ਨਵਨੀਤ ਸਾਲ ਦੇ ਉਹਨਾਂ ਵੀ ਇੱਦਾਂ ਸਾਨੂੰ ਹੋਰ ਵੀ ਮਤਲਬ ਕਈ ਨਾਂ ਚਲੋ ਨਹੀਂ ਯਾਦ ਨਹੀਂ ਦੇ ਕਈ ਗੁਰਸਿੱਖ ਇਹੋ ਜਿਹੇ ਆਏ ਜਿੰਨਾ ਕਿਹਾ ਵੀ ਬਸ ਜਿੱਦਾਂ ਸੋ ਮਤਲਬ ਜਿਹੜੀ ਆ ਚਲੋ ਸਿੱਖ ਜਥੇਬੰਦੀਆਂ ਵੱਲੋਂ ਆਗੂਆਂ ਵੱਲੋਂ ਹੁੰਦੀ ਰਹੀ ਹੈ ਇੱਕ ਇਹ ਵੀ ਸਵਾਲ ਅੱਜ ਜੇ ਉੱਥੇ ਆ ਜਾਈਏ ਅਤੇ ਖਾਲਿਸਤਾਨ ਦੀ ਜੇ ਗੱਲ ਕਰੀਏ ਤਾਂ ਇਹ ਕਿਹਾ ਜਾਂਦਾ ਹੈ ਕਿ 47 ਦੀ ਵੰਡ ਸਮੇਂ ਇੱਕ ਖਿੱਤੇ ਦੀ ਗੱਲ ਕੀਤੀ ਗਈ ਸੀ ਸਿੱਖਾਂ ਨੂੰ ਵੱਖਰੇ ਦੀ ਉਹੀ ਗੱਲ ਕੀਤੀ ਗਈ ਹੈ ਅਤੇ ਉਹਨੂੰ ਜਿਹੜਾ ਉਹਦਾ ਰੂਪ ਵਿਗਾੜ ਕੇ ਪੇਸ਼ ਕੀਤਾ ਗਿਆ ਅਤੇ ਉਹਨਾਂ ਨੂੰ ਅੱਤਵਾਦੀ ਜਿਹੜਾ ਉਹ ਪੇਸ਼ ਕਰਕੇ ਦੱਸਿਆ ਗਿਆ ਤੁਸੀਂ ਇਸ ਚੀਜ਼ ਨੂੰ ਕਿਸ ਤਰ੍ਹਾਂ ਦੇਖਦੇ ਹੋ ਸਾਰੀ ਚੀਜ਼ ਇਸ ਚੀਜ਼ ਨੂੰ ਅਸੀਂ ਕਿਹਾ ਮੈਂ ਤੁਹਾਨੂੰ ਦੱਸਿਆ ਨਾ ਮੈਂ ਨਿੱਜੀ ਤੌਰ 'ਤੇ ਬਾਕੀਆਂ ਦਾ ਮੈਂ ਬੱਦੀ ਸਿੱਖਾਂ ਦੀ ਨਹੀਂ ਗੱਲ ਮੈਂ ਆਪਣੀ ਗੱਲ ਕਰਦਾ ਮੈਂ ਖਾਲਿਸਤਾਨ ਵਾਸਤੇ ਕੋਈ ਲੜਾਈ ਨਹੀਂ ਲੜੀ ਸਾਡਾ ਜੋ ਕੁਝ ਵੀ ਹੋਇਆ ਮੈਂ ਜ਼ਿੰਦਗੀ ਜਿਹੜੀ ਆ ਗੁਰੂ ਗ੍ਰੰਥ ਸਾਹਿਬ ਦੀ ਆਨ ਅਤੇ ਸ਼ਾਨ ਨੂੰ ਬਹਾਰ ਰੱਖਣ ਵਾਸਤੇ ਅਸੀਂ ਕੀਤਾ ਜੋ ਵੀ ਕੀਤਾ ਜਾਂ ਜੋ ਵੀ ਸਾਥੋਂ ਹੋਇਆ ਮਹਾਰਾਜ ਨੇ ਜੋ ਵੀ ਸੇਵਾ ਲਈ ਆ ਜਦੋਂ ਗੌਰਮੈਂਟ ਨੇ ਸੁਪਰੀਮ ਕੋਰਟ ਤੱਕ ਇਲਜ਼ਾਮ ਹੀ ਲਾਤਾ ਵੀ ਇਹਨਾਂ ਕੀਤਾ ਅਤੇ ਫਿਰ ਅਸੀਂ ਸਾਨੂੰ ਕਹਿਣਾ ਠੀਕ ਆ ਅਤੇ ਸਾਡਾ ਖਾਲਿਸਤਾਨ ਸੰਬੰਧੀ ਕੋਈ ਨਹੀਂ ਮੈਂ ਕਹਿੰਦਾ ਵੀ ਹੁਣ ਕਲਕੱਤੇ ਜਿਹੜੇ ਸਿੱਖ ਵੱਸਦੇ ਆ ਆਖਰ ਤੁਸੀਂ ਭਾਰਤ ਦੇ ਵਿੱਚ ਹੀ ਅਸੀਂ ਮੰਗਦੇ ਕੋਈ ਵੱਖਰਾ ਕਿੱਤਾ ਭਾਰਤ 'ਚ ਮਿਲਣਾ ਖਾਲਿਸਤਾਨ ਤੋਂ ਬਾਅਦ ਦੀ ਗੱਲ ਆ ਫਿਰ ਖਾਲਿਸਤਾਨ ਦਾ ਪ੍ਰਧਾਨ ਮੰਤਰੀ ਕਿਹਨੂੰ ਬਣਾਉਣਾ ਠੀਕ ਨਾ ਅੱਜ ਸਿਮਰਜੀਤ ਸਿੰਘ ਮਾਨ ਹੋਣਾ 6 ਜੂਨ ਨੂੰ ਚੇਤਾ ਆਉਂਦਾ ਪਹਿਲਾਂ ਕਦੀ ਫੋਟੋ ਆਈ ਵੀ ਅਕਾਲ ਤਖਤ ਸਾਹਿਬ ਮੱਥਾ ਟੇਕਿਆ ਦਰਸ਼ਨ ਕੀਤੇ ਦਰਬਾਰ ਸਾਹਿਬ ਹਾਂਜੀ ਦਰਸ਼ਨ ਕੀਤੇ 6 ਜੂਨ ਨੂੰ ਜਾ ਕੇ ਉੱਥੇ ਤਲਵਾਰਾਂ ਕੱਢਦੇ ਨੰਗੀਆਂ ਉਦੋਂ ਚੇਤਾ ਆਉਂਦਾ ਖਾਲਿਸਤਾਨ ਦਾ ਇਹਨਾਂ ਨੂੰ ਹਾਂਜੀ ਇਹੋ ਜਿਹੇ ਕੰਮ ਇਹ ਕਿਉਂ ਕਰਦੇ ਵੀ ਇਹ ਨਹੀਂ ਚਾਹੁੰਦੇ ਬੰਦੀ ਸਿੱਖ ਬਾਹਰ ਹੋਣ ਜਾਣ ਬੁੱਝ ਕੇ ਮਤਲਬ ਰੋੜੇ ਪਾ ਰਹੇ ਨਾ ਜਾਣ ਬੁੱਝ ਕੇ ਉਹੋ ਜਿਹਾ ਕੰਮ ਕਰਦੇ ਰੋੜੇ ਵਿੱਚ ਅਟਕਾਉਂਦੇ ਆ ਠੀਕ ਹੈ ਨਾ ਅਤੇ ਭਾਈ ਤੁਹਾਡਾ ਪਿੰਡ ਜਿਹੜਾ ਉਹੀ ਭਾਈ ਅੰਮ੍ਰਿਤਪਾਲ ਸਿੰਘ ਦਾ ਵਾਰਿਸ ਪੰਜਾਬ ਦੇ ਦਾ ਕਦੀ ਮੁਲਾਕਾਤ ਹੋਈ ਮਤਲਬ ਉਹਨਾਂ ਨਾਲ ਜਾਂ ਆਏ ਤੁਹਾਡੇ ਕੋਲ ਜਾਂ ਪਰਿਵਾਰ ਨਾਲ ਮਿਲੇ ਅਤੇ ਪਹਿਲਾਂ ਜਦੋਂ ਨਵਾਂ ਆਇਆ ਅਤੇ ਉਦੋਂ ਮੈਂ ਛੁੱਟੀ ਆਇਆ ਉਦੋਂ ਅੰਮ੍ਰਿਤ ਨਹੀਂ ਸਕਿਆ ਉਹਨਾਂ ਜੇ ਅਤੇ ਉਦੋਂ ਨਵਾਂ ਆਇਆ ਉਦੋਂ ਉਹਦੇ ਹਰਜੀਤ ਸਿੰਘ ਸਰਪੰਚ ਸਾਹਿਬ ਕਰ ਰਿਹਾ ਉਹ ਚਾਚਾ ਅਤੇ ਉਹਦਾ ਸਾਡੇ ਪਿਤਾ ਜੀ ਨਾਲ ਸੀ ਚੰਗਾ ਲੈਣ 'ਤੇ ਅਤੇ ਉਹ ਪਿਤਾ ਜੀ ਵੀ ਉਹਨੂੰ ਸਰਪੰਚ ਬਣਾਉਣ 'ਚ ਹੈਲਪ ਕਰਦੇ ਰਹੇ ਅਤੇ ਇਹ ਕਰਕੇ ਜਿਹੜਾ ਮਤਲਬ ਉਹ ਕਰਕੇ ਆਏ ਸੀ ਉਦੋਂ ਦੇ ਮਿਲੇ ਆ ਉਦੋਂ ਬਾਅਦ ਸਾਨੂੰ ਮੁੜ ਕੇ ਅਪਰੂਵਲ 'ਤੇ ਮੈਂ ਨਹੀਂ ਮਿਲੇ ਅਤੇ ਹੁਣ ਵੀ ਮੈਂ ਆਇਆ ਉਹਨਾਂ ਨਹੀਂ ਅਜੇ ਕੋਈ ਆ ਗਿਆ ਕੱਲ੍ਹ ਵਿਆਹ ਹੋਇਆ ਮੈਂ ਮੀਡੀਆ 'ਤੇ ਵੇਖਿਆ ਯੂਟਿਊਬ 'ਤੇ ਵੇਖਿਆ ਬਾਕੀ ਸਾਨੂੰ ਕੋਈ ਨਾ ਕੋਈ ਉਹਨਾਂ ਨੇ ਆਖਰੀ ਸਵਾਲ ਹੈ ਜੀ ਹੁਣ ਕੀ ਸੰਦੇਸ਼ ਹੈ ਸੰਗਤਾਂ ਨੂੰ ਨੌਜਵਾਨਾਂ ਨੂੰ ਇਹ ਕੀ ਸੇਧ ਹੈ ਕਿਉਂਕਿ ਸਿੱਖੀ ਦਾ ਸਿਧਾਂਤ ਮੀਰੀ ਅਤੇ ਪੀਰੀ ਦਾ ਅਸੀਂ ਸ਼ਾਇਦ ਇਕੱਲੀ ਪੀਰੀ ਦੀ ਗੱਲ ਮੀਰੀ ਦੀ ਗੱਲ ਕਰੀ ਜਾ ਰਹੇ ਹਾਂ ਪੀਰੀ ਵੱਲ ਨੂੰ ਭੁੱਲ ਹੀ ਗਏ ਹਾਂ ਠੀਕ ਹੈ ਨਾ ਜੀ ਅਤੇ ਤੁਸੀਂ ਕੀ ਸੰਦੇਸ਼ ਦੇਣਾ ਚਾਹੋਗੇ ਅਸੀਂ ਇਹੋ ਸੰਦੇਸ਼ ਹੈ ਉਦੋਂ ਸਮੇਂ ਦੀ ਲੋੜ ਸੀ ਠੀਕ ਹੈ ਨਾ ਮੈਂ ਇਹ ਗੱਲ ਆਪਣੇ ਵੱਲੋਂ ਮੇਰੇ ਨਿੱਜੀ ਰਹਿ ਆ ਵੀ ਹਥਿਆਰ ਬੰਦ ਸੰਘਰਸ਼ ਦਾ ਟਾਈਮ ਹੁਣ ਹੈ ਨਹੀਂ ਆ ਸਾਡੇ ਕੋਲ ਕੀ ਆ ਲੁਕਣ ਨੂੰ ਤਾਂ ਕਮਾਦ ਵੀ ਨਹੀਂ ਲੋਕ ਗੰਨਾ ਨਹੀਂ ਬੀਜਦੇ ਪਲੇਨ ਏਰੀਆ ਸਾਡਾ ਅਤੇ ਹੋ ਸਕਦਾ ਕੋਈ ਸਰਕਾਰਾਂ ਚਾਹੁੰਦੀਆਂ ਹੋਣੇ ਵੀ ਸੇੜ ਸੇੜਨ ਅਤੇ ਉੱਤੋਂ ਹੈ
ठीक है ना, तुम खिता मंगते हो जो भी करते हो गल वो तो गल करते हो, प्रधान चुनने वास्ते तत्थ बहुत मत नहीं हैगी, एक प्रधान ही चुन लो, ठीक है ना, समझे। पहला राजनीति जा ये बनवे हुण आम पार्टी जिहड़ी आ बनवे सीटां लै गए, हाँ जी, इहनां नूं कोई कहिंदा ही वी लै जाणगे, ठीक ना। पबलिक दे विच अपनी गल बणाओ, ठीक ना, पबलिक दे विच अपनी गल बणाउण, संगत दे प्रचार राहीं संगत दे दिमाग दे विच गल्लां बिठाउण, ठीक ना। तो जदों जकवें आप जी आ जी अपना जी हथियारबंद हो जाओ जी वो कर लो जी, साढ़े वल कोई होंदा कि माँ चाहूगी मेरा पुत ने कहना पुत अंदर तो ही आ गया, मैं बीमार होया ना, हस्पताल दाखिल ही तो मेरे ना गार्ड लगी, गार्ड लगी तो एक थानेदार ही 40 किल्लिया का मालिक सी, एको एक पुत ही, वो कहिंदा मैं डर दिया बाहर भेजता डर दें, कोई भुख हाँ कोई भुख थोड़ी ही पुत 40 किले जमीन आ आप वो नौकरी है, एको कला कला पुत आ बेला बह के भी खा सकता है, पर कहिंदा नहीं कि उल्टा गलत पासे ना चल जाए, है माहौल ठीक करने, हाँ कहिंदा नशा तो मैं बचा के रखा ही, और आ गए और इधर नहीं बदमाशी नहीं करनी, इधर बचा के रखा ही, पर मैं हम डर पैदा हो गया ही कद बंद चल जाए, खालतान वाले बंद चल जाए, आ गल नहीं। सो ये सन जी भाई गुरदीप सिंह खेड़ा जी जिन्होंने कि अपना स्पष्ट जिहड़ा संदेश दिता है कि जेकर असी कि खिते की गल करनी है तो वह सही ढंग शांतमय ढंग के नाल लोकतांत्रिक ढंग के नाल करनी चाहिए है। दूसरी गल उन्होंने कही है कि कौमी इंसाफ मोर्चा जिहड़ा लगा है उसका एको एक मोटिव जिहड़ा है वह सिख जिहड़े बंदी ने सिंह उन्हां दी रिहाई का होना चाहिए ना कि अड अड असी धरावां दे विच चलीए जिहदे नाल कि मोर्चे की जिहड़ा फोकस है वह खराब होवे। सो काफ़ी जिहड़े काफ़ी गल्लां क्लीयर जिहड़ियां हैं भाई साहब ने कीतियां ने, अज बंदी सिंघां दी रिहाई का जिहड़ा काफ़ी वड्डा मसला चल रहा उहदे विच मैनूं लगदा है कि संगतां नूं ते नौजवानां नूं इहनां दे गल्लबात तों काफ़ी सेध मिलेगी। कैमरामैन गुरदयाल सिंह दे नाल अमृतसर तों कुलविंदर सिंह दी विशेष रिपोर्ट।